ਮੈਂ ਇਹ ਸੁਣਾ ਕਿ ਇੱਕ ਤਾਂ ਇਹਦੀ ਜਿਹੜੀ ਹੈ ਨਾ ਬਨਾਵਟ, ਯਾਨੀ ਕਿ ਜਿਹੜੀ ਮੈਨੂਫੈਕਚਰਿੰਗ ਹੈ, ਉਹ ਦੂਸਰੀਆਂ ਦੀ ਨਿਸਬਤ ਸਾਨੂੰ ਅੱਛੀ ਲੱਗੀ। ਯਾਨੀ ਕਿ ਇਹਦਾ ਕੋਈ ਖਰਾਬੀ ਵਗੈਰਾ ਜਾਂ ਹੁੰਦੀ ਕਿ ਥੋੜ੍ਹੀ ਜਿਹੀ ਗੱਲ ਪਿੱਛੇ ਕਦੀ ਕੋਈ ਚੀਜ਼ ਦੀ ਖਰਾਬੀ, ਕੋਈ ਚੀਜ਼ ਦੀ ਇਹਦੀ ਇਹ ਨਹੀਂ। ਅਤੇ ਕੀ ਮਸ਼ੀਨ ਚਲਾ ਰਹੇ ਹਾਂ ਅਲਕਾਸ ਮਾਲਾ ਕੀ ਕਾਰਕਰਦਗੀ ਹੈ? ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ ਭਾਈ ਜਾਨ, ਅਲਕਾਸ ਮਾਲਾ ਦੀ ਮਸ਼ੀਨ ਚਲਾ ਰਹੇ ਹੋ, ਕੀ ਕਾਰਕਰਦਗੀ ਹੈ ਮਸ਼ੀਨ ਦੀ ਅਤੇ ਕਿਵੇਂ ਦੀ ਮਸ਼ੀਨ ਹੈ? ਕਾਰਕਰਦਗੀ ਠੀਕ ਹੈ ਜੀ। ਇਸ ਤੋਂ ਪਹਿਲਾਂ ਕਿਉਂਕਿ ਅਸੀਂ 2007 ਤੋਂ ਜਾਣਾ ਅਫਸਾਬਾਦ ਦੀ ਮਸ਼ੀਨ ਲਈ ਸੀ, ਅਤੇ ਉਸ ਤੋਂ ਬਾਅਦ ਵੀ ਜਿਹੜੀਆਂ ਮਸਲਾ ਅਦਲ ਬਦਲ ਹੋਈ ਹੈ 2013 'ਚ, ਫਿਰ ਉਹ ਅਫਸਾਬਾਦ ਦੀ ਆਉਂਦੀ। ਐਤਕਾਂ ਕਿਸੇ ਦੱਸਿਆ ਕਿ ਅਲਕਾਸਮ ਵਾਲਿਆਂ ਦੀ ਮਸ਼ੀਨ ਅੱਛੀ ਹੈ, ਅਤੇ ਫਿਰ ਅਸੀਂ ਉੱਥੋਂ ਵਿਜ਼ਿਟ ਕੀਤਾ, ਗਏ ਜਾ ਕੇ ਤਹਿਕੀਕ ਕੀਤੀ, ਅਤੇ ਉਹ ਆਪਣਾ ਮਸ਼ੀਨ ਮਾਸ਼ਾਅੱਲਾ ਵੇਖੀ। ਇਸ ਤੋਂ ਪਹਿਲਾਂ ਵੀ ਰੌਣ ਕਰਕੇ ਅਸਾਂ ਜਿਹੜੀ ਹੈ ਨਾ ਉਹ ਚਾਦਰ ਵਗੈਰਾ ਸਾਰੀ ਤਹਿਕੀਕੀ ਤੌਰ 'ਤੇ ਅਸੀਂ ਦੇਖ ਕੇ ਆਉਂਦੇ ਬਹਰਾਲ ਇਹ ਵੇ ਕਿ ਪਹਿਲਾਂ ਵੀ ਕਿਉਂਕਿ ਮਸ਼ੀਨ ਚਲਾਈ ਸੀ। ਕਾਰਕਰਦਗੀ ਇਹਦੀ ਇਹ ਵੇ ਕਿ ਅੱਗੇ ਤਾਂ ਇਹ ਸੀ ਕਿ ਮੁੱਢ ਜਿਹੜਾ ਨਾ ਉਹ ਛੱਡਦੀ ਸੀ, ਘੁਰਾਲਾਂ ਰੂਲਾਂ ਨਜ਼ਰ ਆਉਂਦੀਆਂ ਸਨ, ਇਹ ਮਾਸ਼ਾਅੱਲਾ ਸਫਾਈ ਜਿਹੜੀ ਹੈ ਨਾ ਬੜੀ ਅੱਛੀ ਕਰਦੀ। ਕਿੰਨੀ ਦੇਰ ਟਰਾਲੀ ਭਰ ਲੈਂਦੇ ਹੋ ਤੁਸੀਂ? ਟਰਾਲੀ ਮੇਰੇ ਅੰਦਾਜ਼ੇ ਨਾਲ ਤਾਂ ਅਗਰ ਸਹੀ ਤਰੀਕੇ ਨਾਲ ਇਹ ਚਲਾਏ ਨਾ ਡਰਾਈਵਰ, ਤਾਂ 20 ਮਿੰਟ ਤੱਕ ਟਰਾਲੀ ਜਿਹੜੀ ਹੈ ਭਰੀ ਜਾਂਦੀ। ਸਹੀ। ਕਿੰਨਾ ਕੁ ਇਸ ਮਸ਼ੀਨ ਤੋਂ ਜਨਾਬ ਮੇਰੇ ਮੁਤਮਿਨ ਇਸ ਹਲਕਾ ਸੰਭਾਲਿਆਂ ਦੀ ਮਸ਼ੀਨ ਤੋਂ? ਮੁਤਮਿਨ ਇਸ ਤੋਂ ਹਾਂ ਕਿ ਇੱਕ ਤਾਂ ਇਹਦੀ ਜਿਹੜੀ ਹੈ ਨਾ ਬਨਾਵਟ, ਯਾਨੀ ਕਿ ਜਿਹੜੀ ਮੈਨੂਫੈਕਚਰਿੰਗ ਹੈ, ਉਹ ਦੂਸਰੀਆਂ ਦੀ ਨਿਸਬਤ ਸਾਨੂੰ ਅੱਛੀ ਲੱਗੀ। ਯਾਨੀ ਕਿ ਇਹਦਾ ਕੋਈ ਖਰਾਬੀ ਵਗੈਰਾ ਜਾਂ ਹੁੰਦੀ ਕਿ ਥੋੜ੍ਹੀ ਜਿਹੀ ਗੱਲ ਪਿੱਛੇ ਕਦੀ ਕੋਈ ਚੀਜ਼ ਦੀ ਖਰਾਬੀ, ਕੋਈ ਚੀਜ਼ ਦੀ ਇਹਦੀ ਇਹ ਨਹੀਂ। ਦੂਜੇ ਨੰਬਰ 'ਤੇ ਇਹ ਕਿ ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਗਰੀਸ ਨਹੀਂ ਕਰਨੀ, ਕਿ ਬਾਕੀ ਅਸੀਂ ਗਰੀਸ ਨਹੀਂ ਪਿਆ ਕਰਦੇ, ਉਹ ਵੀ ਬਚਤ ਹੈ। ਔਰ ਤੀਸਰੇ ਨੰਬਰ 'ਤੇ ਜਿਹੜੀ ਹੈ ਨਾ ਤੂੜੀ ਛੁੜੀ, ਇਸ ਤੋਂ ਪਹਿਲਾਂ ਵੀ ਉਹ ਚਲਾਉਂਦੇ ਰਹੇ ਹਾਂ, ਉਹਦਾ ਮਿਆਰ ਏਡਾ ਤੂੜੀ ਦਾ ਅੱਛਾ ਨਹੀਂ ਸੀ। ਇਹਦਾ ਮਿਆਰ ਜਿਹੜਾ ਨਾ ਕੁਤਰਾ ਜਿੱਥੇ ਇਹਨੂੰ ਚਾਹੀਏ ਨਾ, ਜਿੰਨਾ ਬਰੀਕ ਕਰੀਏ ਉਨਾ ਹੋ ਜਾਂਦਾ ਔਰ ਬਿਹਤਰੀਨ, ਕਿਉਂਕਿ ਅੱਗੇ ਗਾਹਕ ਵੀ ਪਸੰਦ ਕਰਦਾ, ਅਤੇ ਜਦੋਂ ਗਾਹਕ ਪਸੰਦ ਕਰਦਾ ਤਾਂ ਜ਼ਾਹਰ ਉਸ ਫਿਰ ਮਸ਼ੀਨ ਦੀ ਡਿਮਾਂਡ ਵੀ ਹੁੰਦੀ। ਇਹ ਗੱਲਾਂ ਨੇ ਜਿਹੜੀਆਂ ਹਕੀਕੀ। ਦੂਸਰੇ ਨੰਬਰ 'ਤੇ ਅੱਗੇ ਉਹ ਵੇਟ ਸ਼ੇਟ ਦਾ ਸੀ ਮਸਲਾ, ਬਾਹਰ ਵੇਟ ਸਨ, ਇਹਦੇ ਅੰਦਰ ਹੀ ਜਿਹੜੀ ਹੈ ਨਾ ਬੜੀ ਮਸਲਾ ਨੇ ਆਪਸ ਵਿੱਚ ਨੱਪੀ ਕੁੱਟੀ ਤੌਰ 'ਤੇ ਜਿਹੜੀ ਹੈ ਨਾ ਉਹ ਬਣੀ, ਬਨਾਵਟ ਵੀ ਇਹਦੀ ਖੂਬਸੂਰਤ ਹੈ। ਅਤੇ ਇਸ ਵਾਸਤੇ ਜਿਹੜਾ ਨਾ ਚਾਦਰ ਦੀ ਮਜ਼ਬੂਤੀ ਹੋਣ ਦੇ ਨਾਲ ਨਾ, ਉਹ ਤਾਂ ਬਿਲਕੁਲ ਪਤਲੀ ਚਾਦਰ ਸੀ ਅਤੇ ਐਂਗਲ ਸਿਸਟਮ ਉਹਨਾਂ ਕੀਤਾ ਸੀ, ਇਹਦੀ ਚਾਦਰ ਜਿਹੜੀ ਹੈ ਨਾ ਭਾਰੀ ਹੈ, ਉਹਦੇ ਨਾਲ ਇਹਦੀ ਕੋਈ ਮਤਲਬ ਵਾਈਬ੍ਰੇਸ਼ਨ ਕੋਈ, ਅਤੇ ਬੜੇ ਤਰੀਕੇ ਨਾਲ ਜਿਹੜਾ ਨਾ ਮਤਲਬ ਸਹੀ, ਜਿਵੇਂ ਬੰਦਾ ਚਾਹੁੰਦਾ ਕਿ ਸਾਨੂੰ ਇਹ ਫਾਇਦਾ ਦੇ ਦਿਓ। ਡੀਜ਼ਲ ਦੀ ਕੀ ਐਵਰੇਜ ਆ ਰਹੀ ਤੁਹਾਡੀ ਪਰ ਲੀਟਰ ਦੀ? ਡੀਜ਼ਲ ਦੀ ਅਜੇ ਤੱਕ ਕਿਉਂਕਿ ਇੱਥੇ ਬਾਰਿਸ਼ ਹੋ ਗਈ ਬਹੁਤ ਜ਼ਿਆਦਾ, ਅਤੇ ਨਾੜ ਵੀ ਓਡਾ ਅਜੇ ਗਿੱਲਾ ਨਹੀਂ। ਹਾਂ, ਇਸ ਤੋਂ ਪਹਿਲਾਂ ਅਸਾਂ ਕੋਲ ਥੋੜ੍ਹਾ ਜਿਹਾ ਨਾੜ ਜਦੋਂ ਸੁੱਕਾ ਸੁੱਕਾ ਬਣਾਇਆ ਨਾ, ਉਦੋਂ ਤਕਰੀਬਨ ਮੇਰੇ ਖਿਆਲ ਨਾਲ ਤਾਂ ਅੰਦਾਜ਼ਾ ਸੀ, ਉਦੋਂ ਇਬਤਦਾਈ ਦਿਨ ਸਨ, ਅਜੇ ਕੱਟ ਕੇ ਹਟੇ ਹਾਂ ਅਤੇ ਦੂਸਰੇ ਦਿਨ ਮਸ਼ੀਨ ਕੋਈ 8 ਲੀਟਰ ਦੀ ਤਕਰੀਬਨ ਹੈ। ਹੁਣ ਵੀ ਐਵਰੇਜ ਦਾ ਲਾਇਆ ਹਿਸਾਬ ਤੁਸੀਂ? ਹੁਣ ਅਜੇ ਤੱਕ ਨਹੀਂ ਲਾਇਆ ਕਿਉਂਕਿ ਕੰਮ ਸ਼ੁਰੂ ਹੋਇਆ, ਅਤੇ ਕੰਮ ਜਿਵੇਂ ਜਿਵੇਂ ਹੁਣ ਸ਼ੁਰੂ ਹੋਏਗਾ, ਜਿਵੇਂ ਨਾੜ ਖੁਸ਼ਕ ਹੋਏਗਾ ਨਾ, ਅਸਲ ਐਵਰੇਜ ਫਿਰ ਉਦੋਂ ਨਿਕਲੇਗੀ। ਅਤੇ ਕਿਉਂਕਿ ਅਗਰ ਇਹ ਟਰਾਲੀ ਭਰਦੀ ਹੈ 20 ਮਿੰਟ ਇੱਥੇ, ਫਿਰ ਤਾਂ ਇਹਦੀ ਜਿਹੜੀ ਨਾ ਐਵਰੇਜ ਕੋਈ 6 ਲੀਟਰ ਤੱਕ ਤਾਂ ਹੋਣੀ ਚਾਹੀਦੀ ਹੈ, ਅਤੇ 6 ਲੀਟਰ ਕੋਈ ਜ਼ਿਆਦਾ ਨਹੀਂ, ਇਹਨਾਂ ਦੇ ਟਰੈਕਟਰ ਦਾ ਹੱਥ ਬਣਦਾ ਕਿਉਂ ਖਾਏ। ਟਰੈਕਟਰ ਕਿੰਨਾ ਕੁ ਲੋਡ ਦਿੰਦਾ ਤੁਹਾਡਾ ਇਸ ਮਸ਼ੀਨ 'ਤੇ? ਟਰੈਕਟਰ ਅਜੇ ਤੱਕ ਲੋਡ ਵਾਲੀ ਜਿਹੜੀ ਹੈ ਨਾ ਗੱਲ, ਹਾਂ ਪਹਿਲੇ ਦਿਨ ਜਿਹੜੇ ਚਲਾਈ ਨਾ 3-4 ਦਿਨ ਬਾਰਿਸ਼ ਤੋਂ ਪਹਿਲਾਂ, ਉਹ ਤਾਂ ਬਿਲਕੁਲ ਧੂੰਆਂ ਛੂਆਂ ਵੀ ਕੋਈ ਨਹੀਂ ਸੀ, ਮਤਲਬ ਟਰੈਕਟਰ ਈਜ਼ੀਲੀ ਚੱਲਦਾ ਸੀ, ਕੋਈ ਮਸਲਾ ਨਹੀਂ ਸੀ। ਇਹ ਹੁਣ ਕੁਝ ਗਿੱਲਾ ਸਿੱਲਾ ਨਾੜ ਹੋਣ ਦੀ ਵਜ੍ਹਾ ਤੋਂ ਨਾ ਇਹ ਟਰੈਕਟਰ ਕੋਲ ਥੋੜ੍ਹਾ ਜਿਹਾ ਕਿਧਰੇ ਕਿਸੇ ਥਾਂ 'ਤੇ ਜਿੱਥੇ ਗਿੱਲ ਆਉਂਦੀ ਉੱਥੇ ਧੂੰਆਂ ਮਾਰਦਾ।
ਬੜੀ ਮਿਹਰਬਾਨੀ। ਅੱਛਾ ਥੋੜ੍ਹਾ ਸਾ ਆਪਣਾ ਤਾਰਫ ਕਰਵਾ ਦਿਓ, ਜਿਹੜੇ ਇਲਾਕੇ 'ਚ ਅਸੀਂ ਆਏ ਹੋਏ ਹਾਂ ਤੁਹਾਡਾ ਵਿਜ਼ਿਟ ਕਰਨ ਵਾਸਤੇ। ਇਹ ਕੋਟ ਰਸੂਲਪੁਰੀਆਂ ਦਾ ਇਲਾਕਾ ਹੈ ਜੀ ਜੀ, ਔਰ ਇਹ ਸਮਝੋ ਕਿ ਅਲੀਪੁਰ ਚੱਠਾ ਸਾਈਡ ਹੈ। ਠੀਕ ਹੈ। ਇੱਥੇ ਆਪਣਾ ਅਸੀਂ ਕਿਉਂਕਿ ਚਹਿਲਕਰਾਂ ਦੇ ਰਾਸ਼ੀ ਹਾਂ, ਅਤੇ ਸ਼ਾਹਦ ਚਹਿਲ ਮੇਰਾ ਨਾਂ ਹੈ, ਅਤੇ ਕਿਉਂਕਿ ਪੁਰਾਣੀ ਮਸ਼ੀਨ ਤਾਂ ਚਲਾਉਂਦੇ ਹਾਂ, ਇਸ ਵਾਸਤੇ ਕਾਰਕਰਦਗੀ ਨੂੰ ਦੇਖ ਕੇ ਲਈ ਸੀ, ਅਤੇ ਉਮੀਦ ਹੈ ਕਿ ਇਨਸ਼ਾਅੱਲਾ ਸਾਡਾ ਜਿਹੜਾ ਜਿਸ ਤਰ੍ਹਾਂ ਇਹ ਲਿਆਉਂਦੀ ਹੈ ਨਾ, ਜੋ ਮਸਲਨ ਚੀਜ਼ ਸਮਝ ਕੇ, ਔਰ ਉਹਦੇ 'ਤੇ ਉਮੀਦ ਹੈ ਕਿ ਅਸੀਂ ਵੀ ਮੁਤਮਿਨ ਕਿ ਅਲਹਮਦੁਲਿਲਾ ਜਿਹੜਾ ਨਾ ਜਿੰਨੀ ਕੋਈ ਰਕਮ ਖਰਚ ਕੀਤੀ ਹੈ ਸਾਨੂੰ ਇਹਦੀ ਜਿਹੜਾ ਨਾ ਇਹਦਾ ਬੈਨੀਫਿਟ ਜਾਂ ਆਊਟਪੁੱਟ ਵੀ ਸਹੀ ਮਿਲੇ। ਜੀ ਠੀਕ ਹੈ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਠੀਕ ਹੈ ਜੀ, ਇਨਸ਼ਾਅੱਲਾ।